ਸ਼ੁੱਕਰਵਾਰ ਦਾ ਦਿਨ ਬੜਾ ਹੀ ਖਾਸ ਹੁੰਦਾ ਕਿਉਂਕਿ ਸ਼ੁੱਕਰਵਾਰ ਨੂੰ ਨਵੀਂ ਮੂਵੀ ਜੋ ਰਿਲੀਜ਼ ਹੁੰਦੀ ਹੈ ਅਤੇ ਇਸ ਸ਼ੁੱਕਰਵਾਰ ਨਵੀਂ ਮੂਵੀ ਰਿਲੀਜ਼ ਹੋ ਚੁੱਕੀ ਹੈ ਡਰਾਮੇ ਵਾਲੇ। ਡਰਾਮੇ ਵਾਲੇ ਜਿਹੜੀ ਕਿ ਅੱਜ ਰਿਲੀਜ਼ ਹੋ ਚੁੱਕੀ ਹੈ ਅਤੇ ਇਸ ਮੂਵੀ ਨੂੰ ਸਟਾਰ ਕਰ ਰਹੇ ਨੇ ਹਰੀਸ਼ ਵਰਮਾ, ਸ਼ਰਨ ਕੌਰ, ਸਰਦਾਰ ਕਮਲ, ਸੁਖਵਿੰਦਰ ਚਾਹਲ। ਅੱਜ ਰਿਲੀਜ਼ ਹੋਈ ਨਵੀਂ ਪੰਜਾਬੀ ਮੂਵੀ ਡਰਾਮੇ ਵਾਲੇ ਕਿੰਨੇ ਕੁ ਲੋਕਾਂ ਨੂੰ ਪਸੰਦ ਆ ਰਹੀ ਹੈ ਅਤੇ ਚੱਲਦੀਆਂ ਲੋਕਾਂ ਦੇ ਕੋਲ ਅਤੇ ਜਾਣਦੇ ਹਾਂ ਉਹਨਾਂ ਦੀ ਰਾਏ ਅਤੇ ਆ ਜਾਓ ਫਿਰ ਚੱਲਦੇ ਹਾਂ। ਮੂਵੀ ਸਰ ਬਹੁਤ ਵਧੀਆ ਲੱਗੀ। ਪਹਿਲਾਂ ਸਰ ਮੂਵੀ ਕਮੇਡੀ ਤੋਂ ਸ਼ੁਰੂ ਹੁੰਦੀ ਆ ਐਂਡ ਆਫਟਰ ਦੈਟ ਮੂਵੀ ਸੀਰੀਅਸ ਹੋ ਜਾਂਦੀ ਆ ਅਤੇ 1947 'ਤੇ ਬਣੀ ਹੋਈ ਹੈ ਮੂਵੀ ਅਤੇ ਬਹੁਤ ਵਧੀਆ ਮੂਵੀ ਆ ਐਂਡ ਹਰੀਸ਼ ਵਰਮਾ ਸ਼ਰਨ ਕੌਰ ਦੀ ਜਿਹੜੀ ਐਕਟਿੰਗ ਹੈ ਬਹੁਤ ਹੀ ਵਧੀਆ। ਮੂਵੀ ਬਹੁਤ ਵਧੀਆ ਹੈਗੀ ਹੈ। ਮੈਂ ਵੇਖਣ ਗਿਆ ਸੀ ਆਪਣੇ ਫਰੈਂਡ ਨਾਲ, ਫੈਮਿਲੀ ਨਾਲ, ਅਤੇ ਫਿਲਮ ਬਹੁਤ ਵਧੀਆ ਹੈਗੀ ਆ। ਜਿਹੜਾ ਕਿਰਦਾਰ ਨਿਭਾਏ ਆ ਹਰਸ ਅਤੇ ਦੂਜੇ ਜਿਹੜੇ ਕਲਾਕਾਰ ਨੇ ਬਹੁਤ ਵਧੀਆ ਉਹਨਾਂ ਨੇ ਪਿਕਚਰ ਵਧੀਆ ਕੀਤੀ ਹੈ ਅਤੇ ਰਿਵਿਊ ਵੀ ਬਹੁਤ ਵਧੀਆ ਹੈਗਾ। ਭਾਅ ਜੀ ਮੂਵੀ ਬਹੁਤ ਵਧੀਆ ਹੈਗੀ ਹੈ, ਇਹ ਫੈਮਿਲੀ ਮੂਵੀ ਹੈਗੀ ਹੈ ਅਤੇ ਇਹ ਸਾਡੇ ਪੰਜਾਬ ਬਾਰੇ ਦੱਸਿਆ ਹੋਇਆ ਜਿਸ ਤਰ੍ਹਾਂ ਕਿਸ ਤਰ੍ਹਾਂ ਜੋ ਪਹਿਲਾਂ ਵੰਡ ਹੋਈ ਸੀ ਅਤੇ ਮੂਵੀ ਦੇ ਵਿੱਚ ਕੋਮੇਡੀ ਵੀ ਹੈਗੀ ਹੈ ਅਤੇ ਪਾਵਕ ਵੀ ਹੈਗੀ ਹੈ ਐਂਡ 'ਤੇ ਅਤੇ ਐਕਟਿੰਗ ਸਰ ਜਿਹੜੀ ਹਰੀਸ਼ ਵਰਮਾ ਜੀ ਹੈਗੇ ਆ ਉਹਨਾਂ ਦੀ ਬਹੁਤ ਵਧੀਆ ਐਕਟਿੰਗ ਹੈਗੀ ਹੈ, ਸ਼ਰਨ ਕੌਰ ਜੀ ਹੈਗੀ ਆ ਉਹਨਾਂ ਦੀ ਬਹੁਤ ਵਧੀਆ ਐਕਟਿੰਗ ਹੈਗੀ ਹੈ ਅਤੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮੂਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ। ਮੂਵੀ ਨੂੰ ਸਟਾਰ ਕਰਨਾ ਹੋਵੇ 5 ਸਟਾਰ 'ਚੋਂ ਕਿੰਨੇ ਸਟਾਰ? ਮੈਂ ਇਹਨਾਂ ਨੂੰ 5 ਸਟਾਰ ਹੀ ਦੇਵਾਂਗਾ। ਸਰ ਮੇਰੇ ਨੂੰ ਸਟਾਰ ਕਰਨਾ ਤਾਂ ਮੈਂ 5 ਸਟਾਰ ਦੇਵਾਂਗਾ ਮੂਵੀ ਨੂੰ। ਮੂਵੀ ਬਹੁਤ ਅੱਛੀ ਹੈਗੀ। ਅਕਸਰ ਹਰੀਸ਼ ਉਹਨਾਂ ਦੀ ਫਿਲਮਾਂ ਦੇਖਦੇ ਹੋ? ਬਿਲਕੁਲ ਸਰ, ਇਹ ਹਰੀਸ਼ ਜੀ ਹੈਗੇ ਆਪਣੇ, ਸਿੰਗਰ ਵੀ ਹੈਗੇ ਆ ਅਤੇ ਐਕਟਿੰਗ ਬਹੁਤ ਵਧੀਆ ਹੈਗੀ ਉਹਨਾਂ ਦੀ ਸਰ। ਅੱਜ ਰਿਲੀਜ਼ ਹੋਈ ਨਵੀਂ ਪੰਜਾਬੀ ਮੂਵੀ ਡਰਾਮੇ ਵਾਲੇ ਕਾਫੀ ਜ਼ਿਆਦਾ ਲੋਕਾਂ ਨੂੰ ਪਸੰਦ ਆ ਰਹੀ ਹੈ ਕਿਉਂਕਿ ਪਹਿਲਾਂ ਇਹ ਮੂਵੀ ਜਿਹੜੀ ਕਿ ਉਹ ਹਸਾਉਂਦੀ ਵੀ ਹੈ ਅਤੇ ਉਸ ਤੋਂ ਬਾਅਦ ਇਹ ਮੂਵੀ ਭਾਵੁਕ ਵੀ ਕਰ ਜਾਂਦੀ ਹੈ ਤਾਂ ਬਹੁਤ ਸਾਰੇ ਮਜੇ ਹੋਏ ਕਲਾਕਾਰ ਇਸ ਵਿੱਚ ਨੇ, ਭਾਵੇਂ ਸ਼ਰਨ ਕੌਰ ਹੋਵੇ, ਹਰੀਸ਼ ਵਰਮਾ ਹੋਣ ਤਾਂ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਅਤੇ ਥੀਏਟਰ ਆਰਟਿਸਟ ਦੀ ਸੰਘਰਸ਼ ਦੀ ਕਹਾਣੀ ਵੀ ਜਿਹੜੀ ਕਿ ਇਸ ਮੂਵੀ ਵਿੱਚ ਬੜੇ ਹੀ ਵਧੀਆ ਤਰੀਕੇ ਨਾਲ ਬਿਆਨ ਕੀਤੀ ਗਈ ਹੈ। ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।